ਹਾਂਜੀ, ਕੀ ਹਾਲ ਆ ਸਾਰੇ ਵੀਰਾਂ ਦਾ? ਹੋਰ ਕੀ ਬਣਦਾ ਕਰਦਾ ਮੇਰੇ ਪੁੱਤਰ ਪੁੱਤਰ ਸਹਿਤਾ ਵੀ ਸਾਰੇ ਵੀਰਾਂ ਦੇ ਘਰ ਪਰਿਵਾਰ ਠੀਕ ਆ? ਹਾਂਜੀ ਬਾਬੇ, ਗਲਤੀ ਨਾਲ ਵਾਸੀ ਲਈ ਠੀਕ ਹੈ ਅਤੇ ਉੱਠ ਖੜੇ ਭਾਈ, ਟਾਈਮ ਹੋ ਗਿਆ ਲਗਭਗ 11 ਗੁਰਾਂ ਵੱਜ ਗਏ ਮੈਨੂੰ ਲੱਗਦਾ। ਆਏ ਓਏ, ਅਤੇ ਦੇਖਦੇ ਹਾਂ ਕੀ ਬਣਦਾ ਹੈ ਨਾ, ਅਤੇ ਉੱਠਦੇ ਹੈਗੇ, ਕਰਦੇ ਆ ਕੋਈ ਕੰਮ ਧੰਦਾ ਸਟਾਰਟ। ਬਾਕੀ ਮੌਸਮ ਬਾਹਰ ਹੋਇਆ ਪਿਆ ਸੁਹਾਵਣਾ, ਬੱਦਲਾਂ ਵਾਲਾ। ਹਾਂਜੀ ਬਾਬੇ, ਪਹਿਲਾਂ ਤਾਂ ਬਾਈ ਲਾਈਟਾਂ ਲੁਪਟਾਂ ਕਰਕੇ ਬੰਦ, ਸਾਰੀਆਂ ਓਪਰੇਸ਼ਨ ਥੀਏਟਰ ਵਾਲੀਆਂ ਲਾਈਟਾਂ ਚੱਲੀ ਜਾਂਦੀਆਂ ਹੈਗੀਆਂ। ਇੱਕ ਮਿੰਟ ਖੋਲੀਏ ਬੈਠਕ ਮੇਰੇ ਵੀਰੋ, ਐਂਡ ਲਾਈਟਸ ਆਫ, ਅਤੇ ਬਾਕੀ ਸੈੱਟ ਆ ਜਾਣਵਰ ਹੈ ਨਾ ਇੱਧਰ, ਓਕੇ ਰਿਪੋਰਟਾਂ ਪਾਈ ਜਾਂਦੇ ਪੜ੍ਹਾ ਕੇ। ਯਾਰ ਕੋਈ ਨਵੀਂ ਜੋੜੀ ਆਂਡੇ ਉਂਡੇ ਧਰੇ ਤਾਂ ਆਂਡੇ ਬਦਲ ਗਏ ਨਾ ਥੱਲੇ, ਹੈ ਨਾ ਇੱਧਰ ਬੱਚੇ ਬੁੱਚੇ ਪਲਾਉਣ ਵਾਸਤੇ, ਨਹੀਂ ਫਿਰ ਮੈਨੂੰ ਦੇਣੇ ਪੈਣਗੇ ਆਂਡੇ। ਯਾਰ ਹੋਰ ਤਾਂ ਕੋਈ ਚੱਕਰ ਹੀ ਨਹੀਂ ਹੈ ਨਾ ਵੀ ਕਿਸੇ ਯਾਰ ਮਿੱਤਰ ਨੂੰ, ਅਤੇ ਮੰਗਣੇ ਪੈਣਗੇ, ਦੇ ਕੇ ਆਏ ਨਹੀਂ ਵੀ ਦੇ ਕੇ ਰੱਖਣ ਨੂੰ। ਐਂ ਬਲਜੀਤ, ਗਾਡਰ ਕਿੱਧਰ ਚੱਕੀ ਫਿਰਦਾ ਓਏ, ਅਮਰੀਕੀ ਵਾਂਗੂ ਹੈ ਓਏ। ਹਾਂਜੀ ਬਾਬੇ, ਅਤੇ ਰੋਟੀ ਰੋਟੀ ਖਾਏ ਬਰੋ, ਅਤੇ ਆਹ ਬਾਹਰ ਚੱਲੀ ਆਪਣਾ ਭੇੜ, ਠੀਕ ਹੈ ਕਿ ਨਹੀਂ? ਇੱਕ ਤਾਂ ਫੜਾ ਕੇ ਆਉਣੀ ਆ ਬਈ ਖੇਤ 'ਚ, ਅਤੇ ਇੱਕ ਥੋੜ੍ਹਾ ਜਿਹਾ ਹੋਰ ਕੰਮ ਜਾਗਣਾ, ਮਾੜਾ ਲੰਬੀ ਜਾਗਣਾ ਹੈ ਨਾ, ਅਤੇ ਬਸ ਉਦੋਂ ਬਾਅਦ ਕਰਦੇ ਫਿਰ ਕੰਮ ਦੀ ਸਟਾਰਟਿੰਗ ਹੈ ਨਾ। ਕੋਈ ਨਾ ਕੋਈ ਚੈੱਕ ਹੀ ਆ ਆਪਣਾ ਝੋਟਾ। ਹਾਂਜੀ ਮੇਰੇ ਵੀਰੋ, ਅਤੇ ਚੱਲ ਪਏ ਜੀ ਘਰ ਨੂੰ ਬਾਬਿਓ, ਠੀਕ ਹੈ? ਅਤੇ ਬਸ ਚੱਲਦੇ ਹਾਂ, ਅਤੇ ਕਰਦੇ ਹਾਂ ਕੋਈ ਗੱਲਬਾਤ ਆਪਣਾ ਸ਼ੇਅਰ। ਬਾਕੀ ਬਈ ਜਿਹੜਾ ਜਿਹੜਾ ਕੁਛ ਮੈਂ ਕਰਿਆ ਨਾ, ਮੈਨੂੰ ਯਕੀਨ ਨਹੀਂ ਹੁੰਦਾ ਵੀ ਮੇਰੇ ਨਾਲ ਕੀ ਹੋਈ ਜਾਂਦਾ ਸੌਣ ਲੱਗੇ। ਉਹ ਬਈ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦਾ ਯਾਰ, ਐਕਸਪਲੇਨ ਤਾਂ ਕੀ ਕਰਾਂ ਵੀ ਬਰੋ, ਕੀ ਚੱਲ ਰਿਹਾ ਜ਼ਿੰਦਗੀ ਸੌਣ ਲੱਗੇ। ਮਤਲਬ ਯਾਰ ਵੱਖਰੀ ਵੇ ਤੇ ਆ ਕੰਮ, ਜਮਾਂ ਪੂਰਾ ਡਿਫਰੈਂਟ ਵੇ, ਬਸ ਕੀ ਸਮਝਾਵਾਂ। ਹਾਂਜੀ ਮੇਰੇ ਵੀਰੋ, ਅਤੇ ਕਹਿੰਦੇ ਮਾਹੌਲ ਹੋ ਗਿਆ ਏ, ਮੌਸਮ ਹੋ ਗਿਆ ਰੋਮੈਂਟਿਕ, ਬਾਰਿਸ਼ ਹੈ ਪੈਂਦੀ, ਅਤੇ ਦੁਕਾਨ 'ਤੇ ਹੈ ਚੱਲੇ ਖਾਣ ਨੂੰ, ਗੰਦ ਪਹਿਲਾਂ ਲੈ ਲਈਏ ਖਾਣ ਚੀਜ਼ ਜੀ, ਭਰ ਲਿਆ ਲਿਫਾਫਾ। ਨਾਲੇ ਮੈਂ ਰੋਜ਼ ਸੋਚਦਾ ਰਾਤ ਨੂੰ ਬਹਿ ਕੇ ਜਾਂ ਜਦੋਂ ਵੀ ਵਿਹਲਾ ਹੋਵਾਂ, ਵੀ ਇਹ ਗੰਦ ਪਹਿਲਾਂ ਨਹੀਂ ਖਾਣਾ, ਆਪਾਂ ਨਹੀਂ ਖਾਣਾ ਸੱਚੀ, ਵੀ ਬਸ ਨਹੀਂ ਖਾਣਾ ਤਾਂ ਨਹੀਂ ਖਾਣਾ, ਪਰ ਰਿਹਾ ਨਹੀਂ ਆਉਂਦਾ, ਪਤਾ ਨਹੀਂ ਫਿਰ ਮੂੰਹ ਚੱਕ ਕੇ ਦੁਕਾਨ ਤੋਂ ਮੈਂ ਖਾਣ ਨੂੰ ਲਿਆਉਣਾ ਹੈਗਾ, ਹੈ ਨਾ। ਚਲੋ ਕੋਈ ਨਾ, ਇਦੂ ਬਾਅਦ ਥੋੜ੍ਹਾ ਜਿਹਾ ਡਾਇਟ ਚੰਗੀ ਕਰਦੇ ਹਾਂ ਆਪਾਂ, ਡਾਇਟ 'ਚ ਐਡ ਕਰਦੇ ਹਾਂ ਚੀਜ਼ਾਂ ਚੰਗੀਆਂ, ਇਦੂ ਚਿਕਨ ਚੁਕਨ ਵਗੈਰਾ ਫਾਸਟ ਫੂਡ ਖਾ ਲਏ, ਤੇਰੀ ਭੈਣ ਨੂੰ ਬਿਜਲੀ ਵੀ ਨਾ ਡਿੱਗ ਪਿਓ, ਤੂੰ ਕਾਲੇ ਲੀੜੇ ਬਾਹਰ ਰੱਖੇ ਹੈਗੇ, ਭਲਾ ਕਹਿੰਦੇ ਸੀ ਕਾਲੇ ਰੰਗ ਦੇ ਬਾਹਰ ਡਿੱਗਦੀ ਹੈ, ਘਰ ਚੱਲ ਗਈ ਛੀਕ ਛੀਕ, ਕਿਤੇ ਭੈਣ 'ਚ ਫਰਾਈ ਕਰਦੇ ਪਿੱਛੋਂ। ਲਓ ਜੀ ਕਹਿੰਦੇ ਕੌਣ ਆ ਗਿਆ ਸਾਹਮਣੇ, ਹਾਂ ਲਵਣੀ ਆ ਚੋਲਾ ਜਾ ਕਿਵੇਂ ਲਈ ਫਿਰਦਾ ਹੋਏ, ਹਾਂ ਪਾਣੀ ਪੂਣੀ ਇਹ ਖਾਣ ਦੇ ਤੂੰ, ਮੈਂ ਦਿਖਾਉਣਾ ਇੱਕ ਮਿੰਟ ਰੁਕੋ ਬਾਬਿਓ, ਨਹੀਂ ਨਹੀਂ ਪਾਣੀ ਨਹੀਂ ਦਿਖਾਉਂਦਾ ਮੈਂ ਮੌਸਮ ਦਿਖਾਉਣਾ ਹੈਗਾ, ਖੜ ਦਿਓ ਬਾਹਰ ਜਾ ਕੇ। ਬਈ ਲਗਭਗ 11-12 ਵਜੇ ਦਾ ਜਦੋਂ ਤੋਂ ਮੈਂ ਆਇਆ, ਮੰਨ ਕੇ ਚੱਲੋ ਜਾ ਕੇ ਉੱਧਰ ਲੰਬੀ ਕੰਨੀ, ਉਦੋਂ ਬਾਅਦ ਪਾਣੀ ਤਾਂ ਹੈਗਾ, ਉਦੋਂ ਪਤਾ ਸਾਨੂੰ ਦਿਖਾਈ ਜਾਂਦਾ ਤੈਨੂੰ ਲੱਗ ਗਿਆ ਤੇਰਾ ਪਤਾ, ਅਤੇ ਬਾਬੇ ਲਗਭਗ 11-12 ਵਜੇ ਦਾ ਜਦੋਂ ਮੈਂ ਲੰਬੀ ਜਾ ਕੇ ਆਇਆ, ਜਦੋਂ ਦਾ ਮੈਂ ਉੱਧਰ ਇੱਕ ਐਸਾ ਵੀ ਯਾਰ ਜਿਹੜਾ ਕੋਈ ਮੈਂ ਮੇਰੇ ਨਾਲ ਹੋਈ ਜਾਂਦਾ ਮੈਂ ਕਰਕੇ ਤੁਹਾਨੂੰ ਦੱਸ ਨਹੀਂ ਸਕਦਾ। ਉਦੋਂ ਬਾਅਦ ਰੱਬ ਨੇ ਦੇਖ ਕੇ ਵੀ ਹੈ ਨਾ ਵੀ ਮੀਂਹ ਬੰਦ ਹੀ ਨਹੀਂ ਕੀਤਾ ਹੁੰਦਾ, ਲਗਾਤਾਰ ਮੀਂਹ ਭੂਰ ਕਿਣਮਿਣ ਹੋਈ ਜਾਂਦੀ ਹੈ, ਅਤੇ ਦਵਣੀ ਪਾਣੀ ਪੂਣੀ ਚੱਕੀ ਫਿਰਦਾ ਆਪਦਾ, ਹੈਂ ਅਤੇ ਬਸ ਲੱਗ ਗਿਆ ਮੈਨੂੰ ਤੇਰਾ ਪਤਾ, ਹੈਂ ਕਹਿੰਦੇ ਦਿਨ ਛਿਪ ਗਿਆ ਮੇਰੇ ਵੀਰੋ ਅੰਦਰ ਬੈਠੇ ਬੈਠਿਆਂ ਨੂੰ।
ਕੀਤਾ ਗਿਆ ਕੁਛ ਨਹੀਂ, ਬਸ ਯਾਰ ਮਿੱਤਰ ਆਏ ਸੀ ਪੁਰਾਣੇ, ਬੈਠੇ ਗੱਲਾਂ ਮਾਰੀ ਗਏ, ਬਸ ਉੱਠਣ ਨੂੰ ਜੀ ਨਹੀਂ ਕੀਤਾ, ਕੋਈ ਕੰਮ ਹੈ ਨਹੀਂ, ਤੁਹਾਨੂੰ ਪਤਾ ਵਿਹਲੇ ਕੱਢੇ ਵੱਢੇ ਹਾਂ ਆਪਾਂ ਜਮਾਂ, ਹੈ ਨਾ, ਅਤੇ ਟੈਨਸ਼ਨ ਵਾਲੀ ਘੜੀ ਮੁੱਕ ਗਈ, ਉਹ ਕੋਈ ਚੱਕਰ ਨਹੀਂ ਆਪਣਾ, ਹੈ ਨਾ, ਬਾਬੇ ਨੇ ਰੱਖ ਲਿਆ, ਬਚਾ ਲਿਆ, ਬਸ ਇਸ ਤੋਂ ਬਾਅਦ ਸੰਭਲ ਕੇ ਰਵਾਂਗੇ, ਅਤੇ ਕਬੂਤਰਾਂ ਨੂੰ ਬਈ ਦਾਣੇ ਦੂਣੇ ਹਜੇ ਪਾਉਣ ਵਾਲੇ, ਆਪਾਂ ਗੱਪ ਨਹੀਂ ਮਾਰਦੇ, ਹੈ ਨਾ, ਅਤੇ ਹੁਣ ਮੈਂ ਕਰਦਾ ਲਾਈਟ ਦਾ ਪ੍ਰਬੰਧ, ਇੱਧਰੋਂ ਲਾਈਟ ਕੱਢ ਕੇ ਲਾ ਕੇ, ਅਤੇ ਕਬੂਤਰਾਂ ਨੂੰ ਦਾਣੇ ਪਾਣੀ ਪਾਉਣੇ, ਨਾਲੇ ਬੈਟਕ ਵਾਲਾ ਨੂੰ ਪਾਉਣੇ ਹਜੇ, ਬਾਕੀ ਮੀਂਹ ਨੇ ਆ ਕੇ ਜਲੂਸ ਕੱਢਤਾ ਸਾਰੇ ਘਰ ਦਾ, ਹੈ ਨਾ, ਆਹ ਦੇਖੋ ਪਾਣੀ ਪਾਣੀ ਅਤੇ ਭੈਣ ਚੋਂ ਗੰਦ ਪਿੱਲ, ਚਲੇ ਘੜੋ ਆ ਫੋਨ ਆ ਗਿਆ, ਹਾਂਜੀ ਬਾਬੇ ਕਰਤੀ ਹੈ ਵੀ ਖੁੱਡਿਆ ਜਿਹੜੀ ਬਲਬ ਦੀ ਸੈਟਿੰਗ ਠੀਕ ਹੈ ਕਿ ਨਹੀਂ, ਇਹਨਾਂ ਕੋਲ ਤਾਂ ਦਾਣੇ ਪਏ ਆ ਬਰੋ ਯਾਰ ਵੈਸੇ ਤਾਂ, ਅਤੇ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ, ਪਾ ਦਿੰਦੇ ਆਪਾਂ ਹੋਰ ਦਾਣਾ ਪਾਣੀ ਪਾ ਦਿੰਦੇ, ਕਿੱਡੀ ਗੱਲ ਹੈ, ਅਤੇ ਇਹਨਾਂ ਕੋਲ ਨਹੀਂ ਹੋਣੇ ਹੈ ਨਾ, ਇਹਨਾਂ ਨੂੰ ਪਾਉਣੇ ਜ਼ਰੂਰੀ ਹੈ ਬਾਬੇ, ਇੱਕ ਮਿੰਟ ਰੋ, ਹਾਂਜੀ ਬਾਬੇ ਰੱਖੀ ਹੋਈ ਇੱਧਰ ਨੂੰ ਦਾਣੇ, ਇੱਕ ਮਿੰਟ ਯਾਰ, ਪਹਿਲਾਂ ਤਾਂ ਮੈਨੂੰ ਆਹ ਡਰ ਲੱਗ ਜਾਂਦਾ ਯਾਰ, ਤਾਰ ਨਾ ਕਿਤੇ ਪੈਣ ਨਹੀਂ, ਵੱਡੀ ਆ ਵੀ ਜਾਂ ਨਾਲ ਨੂੰ ਲੱਗ ਜਾਈਏ, ਚਲੋ ਕੋਈ ਦਿੱਕਤ ਨਹੀਂ, ਹੌਲੀ ਹੌਲੀ ਰੱਖੇ ਹੋਣੇ ਆ, ਆਇਓ 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 ਬੇਟਾ, ਪਾਣੀ ਇਹਨਾਂ ਕੋਲ ਪਿਆ ਬਰੋ, ਓਕੇ ਆ ਰਿਪੋਰਟਾਂ, ਠੀਕ ਹੈ, ਹੌਲੀ ਕਿਤੇ ਜਾਈਏ, ਨਿਕਲੇ ਇੱਧਰੋਂ, ਇਹ ਤਾਂ ਡੇ ਪਏ ਦਾਣਿਆਂ ਨੂੰ ਆ ਕੇ, ਹੈ ਨਾ, ਇਹਨਾਂ ਦਾ ਖੁੱਡਾ ਆਪਾਂ ਪਾਸੇ ਤੋਂ ਕਰਕੇ ਅਤੇ ਬੰਦ ਹੀ ਕਰ ਦਿੰਦੇ, ਹੈ ਨਾ, ਓਕੇ ਓਕੇ ਰਿਪੋਰਟ, ਹੁਣ ਰੱਖੀਏ ਆਪਣੇ ਇੱਧਰਲੇ ਸ਼ੇਰਾਂ ਨੂੰ, ਇਹ ਬਈ ਮਾਤਰਾ 'ਚ ਘੱਟ ਆ ਉਹਨਾਂ ਨਾਲੋਂ ਕਬੂਤਰ, ਅਤੇ ਦਾਣੇ ਵੀ ਫਿਰ ਘੱਟ ਹੀ ਖਾਣਗੇ, ਤੈਨੂੰ ਕੋਲ ਪਹਿਲਾਂ ਵਾਲੇ ਪਏ ਹੁੰਦੇ ਆ, ਚਲੋ ਕੋਈ ਨਾ ਉਹਦੀ ਹੋਰ ਐਡ ਕਰਦੇ, ਠੀਕ ਹੈ, ਓਕੇ ਆ ਬਰੋ, ਅਤੇ ਕੱਲ੍ਹ ਨੂੰ ਤੁਹਾਨੂੰ ਪੱਕੀ ਗੱਲ ਹੈ, ਸਾਰੀਆਂ ਜੋੜੀਆਂ ਦੇ ਆਂਡੇ ਉਂਡੇ ਦਿਖਾਵਾਂਗੇ, ਕਿਹੜੀ ਨੇ ਕਿੰਨੇ ਆਂਡੇ ਲਾਏ, ਕਿਹੜੀ ਮਤਲਬ ਆਂਡੇ ਤਾਂ ਦੋ ਹੀ ਲਾਊ ਕਬੂਤਰੀ, ਪਰ ਵੀ ਕੰਘਾਂ ਦੇ ਵਿੱਚ ਇੱਕ ਇੱਕ ਲਾਇਆ, ਕੰਘਾਂ ਦਾ ਇੱਕ ਇੱਕ ਫੋਕਾ ਹੈ, ਕੰਘਾਂ ਦੇ ਦੋਵੇਂ ਸਹੀ ਆ, ਉਹ ਤੁਹਾਨੂੰ ਦੱਸਾਂਗੇ ਕਿਹੜੇ ਆਂਡੇ ਚੱਕਣ ਵਾਲੇ, ਕਿਹੜੇ ਫੜਾਉਣ ਵਾਲੇ, ਕਿਹੜੇ ਦੇਣ ਵਾਲੇ ਆ, ਠੀਕ ਹੈ ਕਿ ਨਹੀਂ, ਅਤੇ ਇੱਕ ਮਿੰਟ ਪਾਣੀ ਇਹਨਾਂ ਕੋਲ ਵੀ ਪਿਆ ਹੋਣਾ ਵੈਸੇ, ਹਾਂ ਬਰੋ ਪਾਣੀ ਇਹਨਾਂ ਕੋਲ ਵੀ ਪਿਆ, ਠੀਕ ਹੈ ਕਿ ਨਹੀਂ, ਅਤੇ ਕੱਲ੍ਹ ਨੂੰ ਪਾਣੀ ਵਾਲਾ ਭਾਂਡਾ ਵੀ ਧੋਇਆ, ਕੋਈ ਚੱਕਰ ਨਹੀਂ, ਓਕੇ ਆ ਬਰੋ, ਪਾਤਾ ਦਾਣਾ ਪਾਣੀ, ਅਤੇ ਲੋਕ ਨਾਲ ਦੀ ਨਾਲ ਲਾਉਣਾ, ਕੌਲ ਨਹੀਂ ਕਰਨੀ ਲੋਕ ਲਾਉਣ ਵਾਲੀ, ਖਾਲੋ ਖਾਲੋ ਖਾਲੋ, ਕੁਛ ਨਹੀਂ ਕਹਿੰਦਾ ਤੁਹਾਨੂੰ ਕੋਈ, ਅਤੇ ਇੱਧਰ ਇਹ ਕਬੂਤਰਾਂ ਨੂੰ ਵੀ ਪਾ ਦੀਏ ਦਾਣੇ ਆਪਣੇ ਪਿੰਜਰੇ ਵਾਲਿਆਂ ਨੂੰ, ਠੀਕ ਹੈ, ਵਾਓ ਲਾਈਟ ਵਾਲਾਂ ਦੀ ਮਾਂ ਦੀ, ਚਲੋ ਛੱਡੋ ਯਾਰ, ਲੱਕੜ ਲੈਣਾ ਉੱਤਾ, ਇੱਧਰ ਇਹਨੂੰ ਵੀ ਰੱਖ ਦਈਏ, ਤਾਂ ਹੀ ਹੁੰਦਾ ਸਾਰਾ ਕੰਮ ਟਾਈਮ ਨਾਲ ਹੋ ਜਾਣਾ, ਜਿਹੜਾ ਉਹਦੇ ਅਰਕੇ ਰੀਸ ਕੋਈ ਨਹੀਂ, ਹੈ ਨਾ, ਵੇਲੇ ਦੇ ਕੰਮ ਅਤੇ ਕਵੇਲੇ ਦੀਆਂ ਟੱਕਰਾਂ ਸਿਆਣਿਆਂ ਨੇ ਸੱਚ ਕਿਹਾ ਬਰੋ, ਹੁਣ ਆਪਾਂ ਕੀ ਕਰਨਾ ਹੈ, ਹਾਂ ਇਹਨਾਂ ਨੂੰ ਪਾਣੀ ਪਾਉਣਾ ਰਹਿੰਦਾ, ਅਤੇ ਬੈਟਕ ਵਾਲੇ ਕਬੂਤਰਾਂ ਨੂੰ ਦਾਣਾ ਪਾਣੀ ਰਹਿੰਦਾ, ਠੀਕ ਹੈ ਕਿ ਨਹੀਂ, ਅਤੇ ਇਹ ਕੰਮ ਨਵੇੜੀ ਛੇਤੀ ਛੇਤੀ, ਉਦੋਂ ਬਾਅਦ ਫਰੀ ਹਾਂ ਆਪਾਂ, ਲਓ ਜੀ ਇੱਧਰ ਆਪਾਂ ਆ ਗਏ ਆਪਣੇ ਬੈਟਕ ਵਾਲੇ ਜਾਨਵਰਾਂ ਕੋਲ, ਖੜ ਜਾਓ ਪਹਿਲਾਂ ਤਾਂ, ਪਹਿਲੇ ਨੰਬਰ 'ਤੇ ਟਰੇ ਦੀ ਸਫਾਈ ਜ਼ਰੂਰੀ ਹੈ, ਜਿੱਥੇ ਦਾਣਾ ਪਾਣੀ ਖਾਣਾ ਹੈ ਇਹਨਾਂ ਨੇ, ਓਕੇ ਬਰੋ, ਟਰੇ ਦੀ ਸਫਾਈ ਹਜੇ ਵੀ ਨਹੀਂ ਹੋਈ ਬਰੋ, ਇੱਕ ਬਿੱਠ ਰਹਿ ਗਈ ਵਿੱਚ, ਇਹਦੇ ਖੜ ਜਾਓ, ਉਹਦਾ ਵੀ ਹੱਲ ਕਰ ਦਿੰਦੇ ਹਾਂ, ਕੰਮ ਹੀ ਥੋੜ੍ਹਾ ਲੈ, ਇੰਨਾ ਹੀ ਕੰਮ ਹੈ, ਇੱਕ ਮਿੰਟ, ਲਓ ਜੀ ਹੁਣ ਟਰੇ ਦੀ ਹੋਈ ਸਫਾਈ, ਅਤੇ ਪਾ ਦੇ ਇਹਨਾਂ ਨੂੰ ਦਾਣੇ, ਆਇਓ 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 ਪੁੱਤ, ਆਇਓ 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 ਆਇਓ, ਮਿੱਠੀ ਡੱਕਵੇਂ ਖਾਣ ਦਿਓ ਇਹਨਾਂ ਨੂੰ ਤਾਂ, ਠੀਕ ਹੈ ਕਿ ਨਹੀਂ, ਹਾਂ ਖੰਡ ਤੈਨੂੰ ਕੀ ਹੋ ਗਿਆ, ਕਈ ਭਰਾ ਪੁੱਛਦਾ ਸੱਚ ਵੀ ਘੁੱਗੀ ਕਿੱਧਰ ਗਈ, ਘੁੱਗੀ ਕਿੱਧਰ ਗਈ, ਲਓ ਕਰ ਲਓ ਚੈੱਕ, ਇੱਥੇ ਆ ਘੁੱਗੀ, ਕਿਤੇ ਨਹੀਂ ਗਈ, ਚਾਹੁੰਦੇ ਤਾਂ ਹੁਣ ਫੜ ਕੇ ਵੀ ਦਿਖਾਉਣੇ ਆਪਣੀ ਖੰਡ ਨੂੰ, ਆਈ ਨਾਣਾ 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 ਨਾਣਾ, ਕੋਈ ਕੁਛ ਨਹੀਂ ਕਹਿੰਦੇ ਤੈਨੂੰ, ਅਤੇ ਪਾਣੀ ਇਹਨਾਂ ਕੋਲ ਪਿਆ, ਕੋਈ ਦਿੱਕਤ ਵਾਲੀ ਗੱਲ ਨਹੀਂ, ਠੀਕ ਹੈ, ਘੁੱਗੀ ਵੀ ਹੈਗੀ ਆਪਣੇ ਕੋਲ, ਇਹਦਾ ਪੱਲਾ ਟੁੱਟਿਆ ਬਈ, ਕੁਛ ਭਰਾ ਵੀ ਪੁੱਛਦੇ ਵੀ ਰੱਖੀ ਕਾਹਤੋਂ ਹੈ, ਇਹਦਾ ਪੱਲਾ ਟੁੱਟਿਆ, ਕੋਈ ਪਿੰਡੋਂ ਫੜਾ ਗਿਆ ਸੀ ਆਪਾਂ ਨੂੰ, ਅਤੇ ਚਲੋ ਵਿਚਾਰੀ ਵਿੱਚ ਦਾਣਾ ਖਾਣੀ ਪਾਈ, ਦਾਣਾ ਪਾਣੀ ਖਾਈ ਪੀ ਜਾਂਦੀ ਹੈ ਨਾ, ਜਿਉਂਦੀ ਬੈਠੀ ਹੈ, ਹੋਰ ਕੀ ਚਾਹੀਦਾ ਆਪਾਂ ਨੂੰ, ਕਿਸੇ ਜਾਨਵਰ ਦੀ ਜਾਨ ਬਚ ਗਈ, ਅਤੇ ਉਹ ਤੋਂ ਵੱਡਾ ਕੀ ਹੁੰਦਾ ਕਿ ਨਹੀਂ, ਓਕੇ ਆ, ਬਾਕੀ ਆਪਾਂ ਨੂੰ ਘਾਟਾ ਨਹੀਂ ਪੈਂਦਾ ਕੋਈ, ਇਹਦੇ ਦੋ ਚਾਰ ਦਾਣੇ ਵੱਧ ਖਾਣ ਨਾਲ, ਹੈ ਨਾ, ਜਿੱਥੇ ਇੰਨੇ ਖਾਂਦੇ ਆ ਉਹ ਆਪਾਂ ਸੋਚੀ ਨਹੀਂ ਕਦੇ ਗੱਲਬਾਤ,
ਤੇ ਪਾਣੀ ਵੀ ਲੈ ਕੇ ਰੱਖੀ ਪਿਆ ਹਨਾ ਮੈਂ ਕਮਲਾ ਕਹੋ ਤੁਹਾਨੂੰ ਬਰੂ ਪਾਣੀ ਵੀ ਪਾਈ ਜਾਵਾਂ ਇਹਨਾਂ ਨੂੰ ਬਾਈ ਮੈਂ ਥੋੜ੍ਹਾ ਜਿਹਾ ਦਿਮਾਗ ਮੇਰਾ ਆਊਟ ਹੈ ਚਾਏ ਲਵਰ ਠੰਡ ਹੋ ਚੁੱਕੀ ਹੈ ਬਾਬਿਓ ਅਤੇ ਚਾਹ ਆਪਣੇ ਕੋਲ ਦੁਪਹਿਰ ਵਾਲੀ ਪਈ ਹੈ ਜਿਹੜੀ ਉਹਦੇ ਲੈਣ ਸੀ 2-3 ਵਜੇ ਨਾ ਉਹ ਸਾਹਮਣੇ ਵਾਲੇ ਆਪਣੇ ਬੋਟਲ ਜੀ 'ਚ ਥਰਮੋਸ 'ਚ ਕਹਿ ਲਓ ਅਤੇ ਬਸ ਨਿਗਾਹ ਪੈ ਗਈ ਹਨਾ ਵੀ ਪਈ ਹੈ ਅਤੇ ਇਹਦੀ ਛੰਡ ਕੱਢਣ ਲੱਗ ਗਏ ਆਪਾਂ ਹੋਰ ਕੰਮ ਕੀ ਆਪਣੇ ਕੋਲ ਅਤੇ ਨਜ਼ਾਰਾ ਆਈ ਜਾਂਦਾ ਅਤੇ ਇੱਧਰ ਬਈ ਦੋਵੇਂ ਜੋੜੀਆਂ ਨੇ ਆਂਡੇ ਧਰ ਲਏ ਆ ਅਤੇ ਬਸ ਹੁਣ ਇਹਨਾਂ ਦੇ ਆਂਡਿਆਂ ਦੀ ਸੈਟਿੰਗ ਕਰਨ ਵਾਲੀ ਹੈ ਸਿਰਫ ਹਨਾ ਕਿ ਆਂਡੇ ਚੱਕ ਕੇ ਬਦਲ ਬੁਦਲ ਕੇ ਫਿਰ ਉਹ ਕਬੂਤਰੀ ਫਿਰ ਇਹਨਾਂ ਨਾਲ ਲਾਉਣੀ ਆ ਕੰਮ ਬਹੁਤ ਆ ਬਾਬੇ ਯਾਰ ਚਲੋ ਦੇਖਦੇ ਹਾਂ ਕੋਈ ਚੱਕਰ ਨਹੀਂ ਹਨਾ ਕੀ ਸੀਨ ਆ ਕੀ ਬਣਦਾ ਹੈਗਾ ਅਤੇ ਉਹ ਪਹਿਲਾਂ ਘਰੇ ਜਾ ਆਈਏ ਨਹਾ ਧੋ ਆਈਏ ਠੀਕ ਹੈ ਅਤੇ ਆਪਣਾ ਨਹਾ ਆਈਏ ਰੋਟੀ ਰੋਟੀ ਖਾ ਆਈਏ ਬਾਕੀ ਓਕੇ ਯਾਰ ਬੋਟਾਂ ਬਸ ਆਹ ਲਾਈਟ ਵਾਹਿਗੁਰੂ ਆਹ ਲਾਈਟ ਬੰਦ ਕਰ ਦੂੰ ਮੈਂ ਇੱਧਰ ਲੈਣੇ ਦਾਣਾ ਪਾਣੀ ਖਾ ਕੇ ਆਪੋ ਆਪਣੇ ਆਲ੍ਹਣਿਆਂ 'ਚ ਬੈਠ ਗਏ ਓਕੇ ਬਰੋ ਅਤੇ ਇੱਧਰਲੇ ਭਾਈ ਸਾਹਿਬ ਆਪਣੇ ਇੱਧਰਲੇ ਦਾਣੇ ਤੁਹਾਨੂੰ ਖਾਧੇ ਨਹੀਂ ਕੋਈ ਨਾ ਇਹ ਥੋੜ੍ਹੇ ਜਿਹੇ ਹੋਰ ਹਿਸਾਬ ਦੇ ਇਹ ਬਾਅਦ 'ਚ ਖਾ ਲੈਣਗੇ ਆਪੇ ਹਾਂਜੀ ਮੇਰੇ ਵੀਰੋ ਆ ਗਏ ਜੀ ਇੱਧਰਲੇ ਘਰੇ ਇੱਕ ਮਿੰਟ ਭਾਈ ਪਹਿਲਾਂ ਤਾਂ ਬੌਂਕਰਾਂ ਬੌਂਕਰਾਂ ਪਾਸੇ ਰੱਖੀਏ ਬੌਂਕਰ ਝਾੜੂ ਮਾਂਜਾ ਕੁਛ ਵੀ ਕਰ ਸਕਦੇ ਬਰੋ ਠੀਕ ਹੈ ਕਿ ਨਹੀਂ ਅਤੇ ਆ ਗਈ ਜੀ ਇੱਧਰਲੇ ਘਰੇ ਰੋਟੀ ਰੋਟੀ ਖਾ ਜਾਂਦੀ ਅਤੇ ਨਹਾਈ ਧੋਈ ਕਰ ਜਾਂਦੀ ਹੈ ਨਾ ਥੱਲੇ ਇੱਕ ਮਿੰਟ ਥੱਲੇ ਵੇਖ ਕੇ ਗਾਹਾਂ ਟੱਪ ਜਾਈਏ ਮੈਨੂੰ ਆਉਂ ਨਾ ਕਿਤੇ ਮੂੰਹ ਗੁੱਡਿਆ ਜਾਵੇ ਅਤੇ ਇਹਨਾਂ ਦੀ ਵੀ ਲਾਈਟਸ ਔਫ ਕਰੀਏ ਮੇਰੇ ਵੀਰੋ ਇੱਧਰ ਲੈਣੇ ਦੇਖੋ ਜਮਾਂ ਨਹੀਂ ਦਾਣੇ ਖਾਧੇ ਆ ਕੇ ਨਹੀਂ ਖਾਧੇ ਹੋਏ ਮੋਟਾ ਮੋਟਾ ਸਮਾਨ ਲੈ ਕੇ ਚੁੱਕ ਕੇ ਛੋਲੇ ਛਾਲੇ ਜੀ ਹੈ ਨਾ ਅਤੇ ਇੱਧਰਲੇ ਤਾਂ ਸਿਆਣੇ ਹੈ ਇੱਧਰਲੇ ਦਾ ਵਾਹ ਵਾਹ ਖਾ ਲਏ ਅਤੇ ਬਾਕੀ ਇੱਧਰਲਿਆਂ ਦਾ ਵੀ ਹੱਲ ਕਰਦੇ ਹਾਂ ਆਪਾਂ ਅੱਜ ਯਾਰ ਇਹ ਗੰਦ ਪਾਈ ਜਾਂਦੇ ਆਪਣੇ ਅੰਦਰ ਗੰਦ ਮਤਲਬ ਕੁਛ ਜੋੜੇ ਗੰਦ ਪਾਈ ਜਾਂਦੇ ਵਿੱਚੋਂ ਕਹਿਣ ਦਾ ਭਾਵ ਹੈ ਵੀ ਉਹ ਆਪਦੇ ਆਂਡਿਆਂ 'ਤੇ ਨਹੀਂ ਮਤਲਬ ਵੀ ਆਂਡੇ ਸਹੀ ਨਹੀਂ ਲਾਉਂਦੇ ਯਾਰ ਕੁੱਲ ਮਿਲਾ ਕੇ ਵੀ ਆਹ ਫੱਟੀ 'ਤੇ ਬੈਠੇ ਬੈਠੇ ਸਿੱਟ ਦਿੰਦੇ ਆ ਇੱਕ ਤਾਂ ਲਾਲਚੀ ਨਾਲ ਕਬੂਤਰ ਹੈ ਅਤੇ ਬਗਲਾਲਾਂ 'ਚ ਕਬੂਤਰੀ ਹੈ ਇੱਕ ਵੱਡੇ ਸ਼ਾਹ ਕੇ ਤਾਂ ਪੱਠਾ ਉਹਦੇ ਨਾਲ ਕਾਲੀ ਚੀਨੀ ਕਬੂਤਰੀ ਹੈ ਮਤਲਬ ਉਤਲੇ ਆਲ ਨੇ ਸਾਰੇ ਬੁੱਕ ਆ ਯਾਰ ਉੱਤੇ ਉਹ ਉੱਤੇ ਉਹਨਾਂ ਨੂੰ ਕੋਈ ਆਂਡੇ ਲਾਉਣ ਨਹੀਂ ਦਿੰਦਾ ਅਤੇ ਥੱਲੜਿਆਂ 'ਚ ਉਹ ਜਾਂਦੇ ਨਹੀਂ ਲਾਉਣ ਅਤੇ ਇਹਦਾ ਕਰਕੇ ਕਦੇ ਤਾਂ ਫੱਟੀ 'ਤੇ ਬੈਠੇ ਸਿੱਟ ਦਿੰਦੇ ਆ ਕਦੇ ਤੁਹਾਨੂੰ ਪਤਾ ਹੀ ਦੇਖੇ ਤੁਸੀਂ ਵੀ ਥੱਲੇ ਫਰਸ਼ 'ਤੇ ਧਰ ਦਿੰਦੇ ਆ ਠੀਕ ਹੈ ਉਹ ਦੋਵੇਂ ਜੋੜਿਆਂ ਦਾ ਹੱਲ ਕੱਲ੍ਹ ਨੂੰ ਮੈਂ ਕਰੂੰਗਾ ਉਹਨਾਂ ਦਾ ਹੱਲ ਹੈਗਾ ਜਾਂ ਤਾਂ ਫੱਟੀਆਂ ਲਾਉਣੀਆਂ ਪੈਣਗੀਆਂ ਖੁੱਡਿਆਂ 'ਚੋਂ ਠੀਕ ਹੈ ਇਹ ਜੋੜੀਆਂ ਵਾਲਿਆਂ 'ਚੋਂ ਅਤੇ ਜੇ ਫੱਟੀਆਂ ਨਹੀਂ ਲਾਉਣੀਆਂ ਫਿਰ ਉਹ ਜੋੜੇ ਜਿਹੜੇ ਮਤਲਬ ਵੀ ਦੋ ਜੋੜੀਆਂ ਉਹ ਅਤੇ ਦੋਵੇਂ ਜੋੜੀਆਂ ਦੇ ਕੰਨੀ ਵਾਲੇ ਪੈਂ ਖੰਭਾਂ 'ਤੇ ਚੇਪੀਆਂ ਲਾ ਦੂੰਗਾ ਡਾਰੀ ਨਹੀਂ ਵੱਜਣੀ ਥੱਲੇ ਥੱਲੇ ਫਿਰਦੇ ਰਹਿਣਗੇ ਫਿਰ ਮਜਬੂਰੀ ਕਰਕੇ ਉਹਨਾਂ ਨੂੰ ਆਲ੍ਹਣੇ ਆਪਦੇ ਥੱਲੇ ਹੀ ਮੜਕਣੇ ਪੈਣਗੇ ਅਤੇ ਮੇਰੇ ਹਿਸਾਬ ਨਾਲ ਤਾਂ ਪਾਏ ਕਰਦੇ ਕੱਲ੍ਹ ਨੂੰ ਚੇਪੀਆਂ ਲਾ ਕੇ ਛੱਡ ਦਾਂਗੇ ਅਤੇ ਜਦੋਂ ਨੂੰ ਅਗਲੀ ਵਾਰੀ ਆਂਡੇ ਲਾਉਣੇ ਹੋਏ ਉਦੋਂ ਨੂੰ ਆਪੇ ਥੱਲੇ ਸੈਟਿੰਗ ਕਰ ਲੈਣਗੇ ਆਪਦੀ ਉਹ ਐਡਜਸਟਮੈਂਟ ਠੀਕ ਹੈ ਅਤੇ ਬਾਕੀ ਬਸ ਰਿਪੋਰਟਾਂ ਓਕੇ ਹੈ ਇੱਧਰ ਅੰਦਰ ਖੋਲ੍ਹ ਕੇ ਦੇਖ ਲਏ ਭਾਈ ਕੋਈ ਬਿੱਲੀ ਬੁੱਲੀ ਤਾਂ ਨਹੀਂ ਬੜੀ ਬੈਠੀ ਬਾਕੀ ਬਿੱਲੀ ਤਾਂ ਕਿਹੜੀ ਪਈ ਬਿੱਲੀਆਂ ਤਾਂ ਹੁਣ ਆਟੀਆਂ ਬਸ ਬਿੱਲੀਆਂ ਦਾ ਵੀ ਟਾਈਮ ਟੱਪ ਗਿਆ ਪਹਿਲਾਂ ਹੀ ਸੀ ਜਿਹੜੀਆਂ ਬਿੱਲੀਆਂ ਬੁੱਲੀਆਂ ਆ ਗਈਆਂ ਹੁਣ ਤਾਂ ਹੋ ਕਬੂਤਰੀ ਐਂ ਕਿਵੇਂ ਬੈਠੀ ਹੈ ਯਾਰ ਇੱਕ ਤਾਂ ਭੁਲੇਖਾ ਪਾਉਂਦੀ ਹੈ ਦੇਖੋ ਜਿਵੇਂ ਆਂਡਾ ਲਾਉਣਾ ਹੁੰਦਾ ਪਰ ਚਲਾਕ ਭਲੀ ਹੈ ਜਾਣ ਕੇ ਬਹਿੰਦੀ ਹੈ ਭੈਣ ਨਹੀਂ ਆਪਾਂ ਨੂੰ ਉਹ ਕਰਦੀ ਹੈ ਖੜ ਜਾਓ ਇੱਕ ਮਿੰਟ ਸੱਚੀ ਵੀ ਨਾ ਲਾਉਣਾ ਹੋਵੇ ਦੇਖ ਲਈ ਕੋਈ ਨਹੀਂ ਬਰੋ ਨਹੀਂ ਲਾਉਣਾ ਆਂਡਾ ਵੈਸੀ ਬੈਠੀ ਆ ਉਹ ਤਾਂ ਅਤੇ ਬਾਕੀ ਕਮਰੇ ਦੀ ਵੀ ਸਾਫ਼ ਸਫਾਈ ਕਰਨ ਵਾਲੀ ਹੋਈ ਪਈ ਹੋਵੇ ਹਨਾ ਖੰਭ ਖੁੰਭ ਜਿਹੇ ਖਿਲਰੇ ਪਏ ਆ ਅਤੇ ਇੱਧਰ ਤੁਹਾਨੂੰ ਪਤਾ ਆਪਣਾ ਫਾਲਤੂ ਦਾ ਸਮਾਨ ਸਾਰਾ ਗਾਰਬੇਜ ਇਕੱਠਾ ਕਰਕੇ ਬਾਹਰ ਅਤੇ ਪਰ ਰਿਪੇਅਰ ਵੀ ਕਰਨ ਵਾਲੀ ਆ ਹਨਾ ਯਾਰ ਜ਼ਿਆਦਾ ਜਲੂਸ ਨਿਕਲਿਆ ਪਿਆ ਕਮਰੇ ਦਾ ਠੀਕ ਹੈ ਕਿ ਨਹੀਂ ਮੈਨੂੰ ਤਾਂ ਮੈਂ ਸਹੀ ਦੱਸਣ ਮੈਨੂੰ ਤਾਂ ਨਹੀਂ ਮੈਂ ਉਹ ਬਾਹਲੀ ਸੈਟਿੰਗ ਕਰਾਉਂਦਾ ਫਿਰ ਐਵੇਂ ਨਾ ਵੀ ਕਿਤੇ ਨਜ਼ਰ ਨੁਜ਼ਰ ਲੱਗ ਜਾਂਦੀ ਅਤੇ ਬਾਹਲਾ ਕੰਮ ਜ਼ਿਆਦਾ ਸੋਹਣਾ ਕੀਤਾ ਹੋਵੇ ਸਾਰਾ ਤਾਂ ਕਰਕੇ ਵੀ ਜਿਵੇਂ ਖੁੱਡੇ ਠੀਕ ਬਣ ਗਏ ਅਤੇ ਆਪਦੇ ਰਹਿਣ ਵਾਲੇ ਕਮਰੇ ਥੋੜ੍ਹੇ ਜਿਹੇ ਬੇਕਾਰ ਹੀ ਹੋਣ ਹਨਾ ਵੀ ਬਾਹਲਾ ਚੰਗਾ ਡਿਜ਼ਰਵ ਨਹੀਂ ਕਰਦੇ ਆਪਾਂ ਇਹੋ ਜਿਹਾ ਹੀ ਕਰਦੇ ਹਾਂ ਬਾਕੀ ਜਾਲੇ ਜੂਲੇ ਜੇ ਲੈ ਕੇ ਪਿਆ ਬਾਹਲਾ ਜਲੂਸ ਨਿਕਲਿਆ ਹੋਇਆ ਵੈਸੇ ਇਹਨਾਂ ਦੀ ਸਾਫ਼ ਸਫਾਈ ਕਰੀ ਯਾਰ ਕੱਲ੍ਹ ਨੂੰ ਜਾਂ ਪਰਸੋਂ ਹੁਣ ਵੀ ਵਿਹਲੇ ਹਾਂ ਬਸ ਹੁਣ ਆਪਾਂ ਹੁਣ ਕੁਛ ਨਹੀਂ ਕਰਨਾ ਜਮਾਂ ਵਿਹਲੇ ਹਾਂ ਹੁਣ ਆਪਾਂ ਠੀਕ ਹੈ ਕਿ ਨਹੀਂ
ਹੁਣ ਪ੍ਰੋਪਰ ਵਲੌਗ ਸ਼ੂਟ ਹੋਇਆ ਕਰਨਗੇ। ਹੁਣ ਆਏ ਨਹੀਂ ਵੀ ਕਦੇ ਰਾਤ ਵਾਲੀ ਐਂਡਿੰਗ ਮਿਸਿੰਗ ਹੋ ਗਈ, ਕਦੇ ਸੁਬਹਾ ਲੇਟ ਹੋ ਗਏ, ਉਹ ਕੰਮ ਨਹੀਂ। ਹੁਣ ਪਹਿਲਾਂ ਬਸ ਗੱਡੀ ਲੈਣ 'ਤੇ ਆ ਜਾਣੀ ਹੈਗੀ, ਠੀਕ ਹੈ। ਅਤੇ ਵੈਸੇ ਤਾਂ ਪਹਿਲਾਂ ਵੀ ਲੈਣ 'ਤੇ ਸੀਗੀ, ਪਰ ਹੁਣ ਜਮਾਂ ਪਰੜੀ 'ਤੇ ਆਏ ਕਰਕੇ ਸਿਆਣੇ ਹੋ ਗਏ, ਜਾਂ ਸਿਆਣੇ ਹੋਣਾ ਪਿਆ ਬਸ ਐਂ ਕਹਿ ਲਓ। ਜੇ ਨਾ ਸਿਆਣੇ ਹੁੰਦੇ ਫਿਰ ਸਿਆਣੇ ਕਰ ਦੇਣਾ ਸੀਗਾ। ਚਲੋ ਕੋਈ ਚੱਕਰ ਨਹੀਂ ਪਰੂ, ਓਕੇ ਆ ਬਸ ਬਈ, ਹੈ ਨਾ, ਕਰਦੇ ਹਾਂ ਵਲੌਗ ਦੀ ਐਂਡਿੰਗ, ਠੀਕ ਹੈ। ਕੱਲ੍ਹ ਨੂੰ ਮਿਲਦੇ, ਕੱਲ੍ਹ ਨੂੰ ਦੇਖਦੇ ਕੀ ਬਣਦਾ ਕਰਦਾ। ਅਤੇ ਫੋਨ ਫਾਨ ਬਈ ਬਹੁਤ ਆਈ ਜਾਂਦੇ ਹਜੇ ਵੀ, ਹੈ ਨਾ। ਮੈਂ ਕਿਹਾ ਸਿਰਾ ਕਰਾਤੀ ਯਾਰ ਭਰਾਵਾਂ ਨੇ, ਮੈਂ ਕੀ ਦੱਸਾਂ ਬਈ, ਹੈ ਨਾ, ਇੰਨੇ ਫੋਨ ਭਰਾਓ ਨਾਲੇ ਪਹਿਲਾਂ ਲਾ ਲੈਣਗੇ, ਪਹਿਲਾਂ ਆਖਣਗੇ ਬਾਈ ਯਾਰ ਗੁੱਸਾ ਤਾਂ ਨਹੀਂ ਕਰਦਾ। ਮੈਂ ਖੈਰ ਨਾ ਬਈ ਗੁੱਸਾ ਕਾਹਦਾ ਕਰਨਾ ਤੁਹਾਡਾ, ਆਪਾਂ ਯਾਰ ਬਈ ਯਾਰ ਨੰਬਰ ਤਾਂ ਅਸੀਂ ਠੱਲਾਂ ਤੋਂ ਹੀ ਪੜਿਆ ਹੈਗਾ, ਵੈਸੇ ਤਾਂ ਤੂੰ ਗਾਲ ਪਾਈ ਸੀਗੀ, ਉਹ ਮੈਂ ਉਹ ਗਾਲ ਤੂੰ ਹਾਸੀ ਮਜ਼ਾਕ 'ਚ ਪਾਤੀ ਮੈਂ, ਕੋਈ ਗੱਲ ਨਹੀਂ, ਕਿਹੜੀ ਗੱਲ ਆ, ਮੈਂ ਹੈ ਨਾ ਯਾਰ ਵੀ ਚਲ ਠੀਕ ਆ, ਕੋਈ ਚੱਕਰ ਨਹੀਂ, ਵਧੀਆ ਟਾਈਮ ਪਾਸ ਹੋ ਜਾਂਦਾ ਆਪਣਾ ਵੀ। ਅਤੇ ਪਰ ਥੋੜ੍ਹੇ ਜਿਹੇ ਘਟਾ ਲਿਓ ਬਾਈ ਹੁਣੇ, ਹੈ ਨਾ। ਮੈਂ ਕਹਿਣਾ ਵੀ ਤੁਹਾਨੂੰ ਪਤਾ ਵੀ ਤੁਸੀਂ ਇੱਕ ਵਾਰੀ ਬਸ ਗੱਲ ਕਰ ਲਈ ਆਪਣੇ ਵੱਲੋਂ, ਬਹੁਤ ਆਪਣੇ ਲਈ ਵੀ ਤੁਹਾਡੇ ਲਈ ਵੀ, ਹੈ ਨਾ, ਇੱਕ ਵਾਰੀ ਹੈਲੋ ਹਾਈ ਹੋ ਜੇ। ਅਤੇ ਮਤਲਬ ਵੀ ਥੋੜ੍ਹਾ ਜਿਹਾ ਜੇ ਆਪਾਂ ਰੋਜ਼ ਰੋਜ਼ ਜਾਂ ਬਾਹਲਾ ਜ਼ਿਆਦਾ ਫੋਨ ਲਾਉਂਦੇ, ਹੈ ਨਾ, ਉਹ ਬੰਦਾ ਤੰਗ ਹੋ ਜਾਂਦਾ ਕਈ ਵਾਰੀ, ਹੈ ਨਾ। ਸਮਝਦੇ ਨਾ ਤੁਸੀਂ ਮੇਰੀ ਗੱਲ ਨੂੰ ਬਾਈ ਬਣੇ, ਠੀਕ ਹੈ। ਅਤੇ ਬਾਕੀ ਕੋਈ ਚੱਕਰ ਨਹੀਂ, ਸਾਰੇ ਆਪਣੇ ਭਰਾ ਹੈ, ਛੋਟੇ ਵੱਡੇ, ਕੋਈ ਦਿੱਕਤ ਨਹੀਂ, ਹੈ ਨਾ। ਆਪਾਂ ਤੁਹਾਡੀ ਸੇਵਾ 'ਚ ਹਾਜ਼ਰ ਹਾਂ, ਕੋਈ ਚੱਕਰ ਵਾਲੀ ਗੱਲ ਨਹੀਂ, ਠੀਕ ਹੈ ਕਿ ਨਹੀਂ। ਅਤੇ ਓਕੇ ਬ੍ਰੋ, ਬਸ ਬਾਏ ਬਾਏ, ਕੱਲ੍ਹ ਨੂੰ ਮਿਲਦਾ, ਲਵ ਯੂ ਸਾਰਿਆਂ ਨੂੰ, ਗੁੱਡ ਨਾਈਟ।